Hello and welcome to the Moon Stars channel. Please click on subscribe button to subscribe our channel and click on bell icon for more updates about our channel. ਲੋ ਪਿਆਰਿਓ, ਇੱਕ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਨਾਰ ਖਾਂ ਗਨੀ ਖਾਂ ਖੜੇ ਨੇ ਤੇ ਦੂਜੇ ਪਾਸੇ 6 ਫੁੱਟਾ ਕੱਦ ਲਿਸ਼ਕ ਦੀ ਤਲਵਾਰ ਕੱਢ ਕੇ ਅੱਗੇ ਨੂੰ ਵਧੇ ਨੇ ਬਹਾਦਰ ਸਿੰਘ ਸਪੀਕਰ ਵਾਲੇ। 50 ਲੱਖ ਦਮੜੇ ਮਾਇਆ ਅਰਦਾਸ ਕਰਾਉਂਦੇ ਨੇ ਸੱਚੇ ਪਾਤਸ਼ਾਹ ਨਾਮਦਨ ਸਿੱਖੀ ਦਾ ਭਰੋਸਾ ਦਨ ਬਖਸ਼ੇ। ਤਾਂ ਗੱਲ ਚੱਲ ਰਹੀ ਸੀ ਪਿਆਰਿਓ ਜੰਗ ਦੇ ਮੈਦਾਨ ਦੀ। ਜੰਗ ਦੇ ਮੈਦਾਨ ਦੇ ਵਿੱਚ ਜਦੋਂ ਦੋਨੇ ਪਾਸਿਓਂ ਤਲਵਾਰਾਂ ਨਿਕਲੀਆਂ ਬਿਜਲੀ ਵਾਂਗੂ ਲਿਸ਼ਕਦੀਆਂ, ਤਲਵਾਰਾਂ ਦਾ ਖੜਾਕ ਹੋਇਆ ਤਾਂ 20-20 ਰੁਪਈਏ ਗੁਪਤਦਾਨ ਦਿੱਤੇ ਜਾਂਦੇ ਨੇ ਭਾਈ ਸੱਚੇ ਪਾਤਸ਼ਾਹ ਨਾਮਦਨ ਸਿੱਖੀ ਦਾ ਭਰੋਸਾ ਦਨ ਬਖਸ਼ੇ। ਲਓ ਜੀ, ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਵੀ ਬਾਲ ਲੀਲਾ ਰਚਾਉਂਦੇ ਹੋਏ ਨਦੀ ਦੇ ਕਿਨਾਰੇ ਬੈਠੇ ਨੇ ਤੇ ਤੀਰ ਕੱਢ ਲਏ। ਤੀਰ ਗੁਰੂ ਪਿਆਰਿਓ ਜਦੋਂ ਕਮਾਨ ਦੇ ਵਿੱਚ ਪਾ ਕੇ ਚਲਾਏ ਤਾਂ ਅੱਗੇ ਘੜੇ ਲਈ ਜਾਂਦੀਆਂ ਨੇ ਬੀਬਾ ਗੁਰਨੂਰ ਤੇ ਹਰਨੂਰ ਪ੍ਰਧਾਨ ਬੋੜ ਸਿੰਘ ਦੀਆਂ ਪੋਤੀਆਂ 50,000 ਰੁਪਈਏ ਮਾਇਆ ਅਰਦਾਸ ਕਰਾਉਂਦੀਆਂ ਨੇ ਸੱਚੇ ਪਾਤਸ਼ਾਹ ਨਾਮਦਨ ਸਿੱਖੀ ਦਾ ਭਰੋਸਾ ਦਨ ਬਖਸ਼ੇ। ਅਸਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਇੱਕ ਬੈਰਾਗੀ ਸਾਧੂ ਸੀ ਤੇ ਬੈਰਾਗੀ ਸਾਧੂ ਤੋਂ ਪਹਿਲਾਂ ਗੁਰੂ ਪਿਆਰਿਓ ਉਹ ਸੀਗਾ ਇੱਕ ਸ਼ਿਕਾਰੀ।